ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗ ਜੀ 27 ਤਰੀਕ ਆ ਰਹੀ, ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ, ਆਗਮਨ ਦਿਹਾੜੇ ਨੂੰ ਸਮਰਪਿਤ ਕਰਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰ ਦਾ ਵੀ ਚੁਪਹਿਰਾ ਜਪ ਤਪ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਹੋਏਗਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਮੈਨੂੰ ਪਤਾ ਹੈ ਅੰਮ੍ਰਿਤ ਵੇਲੇ ਦੇ ਸਮਾਗਮ ਚੱਲ ਰਹੇ ਨੇ, ਪਰ ਪਿਆਰਿਓ ਕਿਸੇ ਨੇ ਵੀ ਚੁਪਹਿਰੇ ਦੇ ਵਿੱਚ ਆਪਣਾ ਨੇਮ ਭੁਗਤਾਉਣ ਦੇ ਵਿੱਚ ਗੈਰ ਹਾਜ਼ਰੀ ਨਹੀਂ ਕਰਨੀ। ਅੰਮ੍ਰਿਤ ਵੇਲੇ ਉੱਠ ਲਿਆ, ਇਹ ਨੇਮ ਤੋੜ ਦਿੱਤਾ, ਫਿਰ ਗੱਲ ਨਹੀਂ ਜੇ ਬਣਨੀ। ਇਹ ਨੇਮ ਵੀ ਰੂਟੀਨ ਨਾਲ ਸਭ ਨੇ ਭੁਗਤਾਉਣਾ, ਔਰ ਸਭ ਨੂੰ ਪਤਾ ਬਾਬਾ ਦੀਪ ਸਿੰਘ ਜੀ ਚੁਪਹਿਰੇ 'ਤੇ ਕਿਵੇਂ ਬਹਿੰਦੇ ਨੇ, ਇੱਕ ਇੱਕ ਦੀਆਂ ਝੋਲੀਆਂ ਭਰਨ ਵਾਸਤੇ, ਇੱਕ ਇੱਕ ਨੂੰ ਦਾਤਾਂ ਨਹੀਂ ਦਿੰਦੇ, ਦਾਤਾਂ ਵੰਡਣ ਵਾਲਾ ਬਣਾਉਂਦੇ ਨੇ। ਮੈਂ ਹਜ਼ਾਰਾਂ ਪ੍ਰੇਮੀ ਤੁਹਾਨੂੰ ਵਿਖਾ ਸਕਦਾ ਜਿਹੜੇ ਤੁਹਾਨੂੰ ਕਹਿਣਗੇ ਅਸੀਂ ਚੁਪਹਿਰਿਆਂ ਦੇ ਵਿੱਚ ਜਦੋਂ ਜਾਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਨੂੰ ਆਹ ਦਾਤ ਦੇ ਦਿੱਤੀ, ਆਹ ਦਾਤ ਦੇ ਦਿੱਤੀ। ਅਤੇ ਮੇਰੀ ਬੇਨਤੀ ਹੈ 27 ਤਰੀਕ ਨੂੰ ਪਰਿਵਾਰਾਂ ਸਮੇਤ ਵਹੀਰਾਂ ਕੱਤ ਕੇ ਸਾਰੀਆਂ ਸੰਗਤਾਂ ਨੇ ਤਕਰੀਬਨ 9 ਵਜੇ ਤੱਕ ਪਹੁੰਚ ਜਿਓ, ਪ੍ਰਸ਼ਾਦਾ ਪਾਣੀ ਛੱਕ ਕੇ, ਚੌਂਕੜੇ ਮਾਰ ਕੇ, ਫਿਰ ਪੂਰੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਓ। ਔਰ ਸਵੇਰੇ 8 ਵਜੇ, 27 ਤਰੀਕ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਦੇ ਲਈ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ 8 ਵਜੇ ਸਵੇਰੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਬੱਸਾਂ ਸੰਗਤ ਨੂੰ ਲੈ ਵੀ ਆਉਣਗੀਆਂ ਰਾਮ ਤੀਰਥ ਰੋਡ 'ਤੇ, ਵਾਪਸੀ ਸਮਾਪਤੀ ਤੋਂ ਬਾਅਦ ਉੱਥੇ ਛੱਡ ਵੀ ਦੇਣਗੀਆਂ। ਆਓ, ਬਾਬਾ ਦੀਪ ਸਿੰਘ ਜੀ ਦੇ ਕੋਲੋਂ ਖੁਸ਼ੀਆਂ ਲੈਣ ਦਾ ਸਮਾਂ, ਬਾਪੂ ਦੀਪ ਸਿੰਘ ਦਾ ਜਨਮ ਦਿਹਾੜਾ ਰਲ ਮਿਲ ਕੇ ਮਨਾਈਏ, ਬਾਪੂ ਦੀਆਂ ਖੁਸ਼ੀਆਂ ਲਈਏ। ਇਹ ਸਾਰਾ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਨੇ ਤਰਸ ਵਰਤਾਇਆ, ਮੈਂ ਰਮਤ ਕੀਤੀ, ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਆਓ, ਰੋਜ਼ਾਨਾ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਸਾਰੀ ਸੰਗਤ ਰਲ ਮਿਲ ਕੇ ਹਾਜ਼ਰੀਆਂ ਲਾਇਓ। ਭਾਵਨਾ ਹੋਈ
कि गुरु ग्रंथ साहब जी के रूप के हाजर नाजर गुरु रामदास बापू जी चमकड़ा मार के बैठे ने, चरणा दे विच बाबा दीप सिंह साहिब बैठे ने, ते सारी संगत हाजरी लायो बेअंत परिवारक मैंबर इस अस्थान ते बाबा दीप सिंह चैरिटेबल ट्रस्ट राम तीरथ रोड विखे जुड़े जुड़ रहे और साडा जिहड़ा यूट्यूब चैनल भाई अमनदीप सिंह जी ऑफिशियल चैनल उहदे माध्यम राहीं पिंडां च नगरां च शहरां च देशां विदेशां च जुड़े ने, जिहड़े इत्थे बैठे और जिहड़े आपो अपने घरां च पिंडां च बैठे सारिआं दे चरणां दे विच मैं सिर झुका के मत्था टेक रहा। मेरा टेकिआ होइआ मत्था सारे प्रवान करो, आखो धन गुरु रामदास जी, धन गुरु रामदास जी, प्यार नाल आखो ना जी धन बाबा दीप सिंह जी। और यूट्यूब दा लिंक अगे तो अगे शेयर करो तां जो होर संगत जुड़ सके, होर संगत लाभ लै सके। भी 25-25 जाणिआं नूं, 50-50 जाणिआं नूं इह शेयर कर दिओ लिंक और उहनां नूं को अगे होर तुसीं भी शेयर करो तां जो वध तों वध संगत गुरु रामदास बाबा दीप सिंह दे चरणां दे नाल जुड़े। और इह चैनल भी सबसक्राइब जरूर कर लैणा बेनती। आओ जी जुड़ियो प्यार विच सारे। Oh,
मैं तेरा
Oh.
ਸਾਡੇ ਸਾਰਿਆਂ ਤੇ ਕਿਰਪਾ ਕਰੋ। ਕਿਹੜੀ ਕਿਰਪਾ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 682 ਨੰਬਰ ਅੰਗ ਦੇ ਉੱਤੇ ਦਰਜ ਮੰਗੋ ਰਾਮ ਤੇ ਇੱਕ ਦਾਨ। ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਮਹਾਰਾਜ ਮੈਨੂੰ ਮਾਇਆ ਵੀ ਚਾਹੀਦੀ ਹੈ, ਮੈਨੂੰ ਨਾਮ ਵੀ ਚਾਹੀਦਾ, ਮੈਨੂੰ ਸੋਭਾ ਵੀ ਚਾਹੀਦੀ ਹੈ, ਮੈਨੂੰ ਅੰਮ੍ਰਿਤ ਵੇਲਾ ਵੀ ਚਾਹੀਦਾ, ਮੈਨੂੰ ਧੀਆਂ ਪੁੱਤ ਵੀ ਚਾਹੀਦੇ, ਸੋਹਣੇ ਕਾਰੋਬਾਰ ਵੀ ਚਾਹੀਦੇ ਤੇ ਤੇਰੇ ਚਰਨਾਂ ਦਾ ਪਿਆਰ ਵੀ ਚਾਹੀਦਾ। ਆਖੋ ਵਾਹਿਗੁਰੂ ਜੀ, ਸਭ ਕੁਛ ਚਾਹੀਦਾ। ਵੱਡਾ ਬਾਪੂ ਤੇ ਵੱਡੀਆਂ ਦਾਤਾਂ ਮੰਗਿਓ ਸਾਰੇ ਜੀ। Oh, no.
Oh,
मांगो कियो हमरा खुशी करे नित जी पनिया शादन नीला अनाज मंगो सत सीता दो पैस मंगो लावे रे एक ताज तोरी जगेरे कर की गेहन चंगी जन तन नावे मंगे मांगो राम के एक दान मांगो राम ते एक दान एक दान एक दान बोलो एक दान एक दान एक दान एक दान एक दान एक दान मांगो राम ते सब थोक मालुक को जाकत सरम पाईए प्रभ के सिमरन मोक मांगो राम ते एक दान जन को प्रभ संगे असने हो मान मांगो मान नहीं चाहिए मैं जगत बिच तान मांगो तान भी चाहिए मान मांगो तान मांगो तन लक्ष्मी सुन दे धन भी लक्ष्मी भी चाहिए पुत्र धिया भी चाहिए आखो तन गुरु रामदास जी तन गुरु रामदास जी जन को प्रभ संगे असने हो साजनो तू मीत मेरा ग्रह तेरे सबके हो मन मांगो तान मांगो तेरे को मंगना है मन मांगो बोलो तान मांगो तन लक्ष्मी सुख दे मुगत जुगत पुगत पूरन परमानंद परम निधान पै पाए भगत निहाल नानक सदा सदा कुर्बान मान मांगो मान मांगो बोलो मान मांगो भगत न कीजे ये माला अपनी लीजे हम मांगो संतन रेना मैं ना ही किसी का देना माँ तो कैसी बने तुम संगे आप न दे हो ये तू नहीं ना देता मैं मांग लेना जी आप न दे हो ताले वो मंगे फिर लिस्ट उतार के दे दिया चीजें चाहिए दोए सिर मांगो चूना पाओ कियो संग लूना अध सिर मांगो ताले मुगो दोलो वक्त जीवाले खाट मांगो चौपाई सिरहाना अवर तो लाई ऊपर को मांगो खींदा तेरी भगत करे जन थींदा ओ मैं ना ही कीता लबो एक नाम तेरा मैं फको मैं ना ही कीता लबो एक नाम तेरा मैं फको कै कबीर मन मनिया मन मनिया तो हर जानिया हाँ मांगो संतन रेना मैं ना ही किसी का देना माधो कैसी बने तुम संगे आप न दे ताले वो मंगे मांगो राम ते एक दान 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 गुरु
वाह गुरु राम
धन गुरु रामदास जी, 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 धन गुरु रामदास जी। प्यार नाल सारे आखो ने जी धन बाबा दीप सिंह जी। धन गुरु अर्जन दे पाछा इस शब्द दे विच सानू मंगण दी जाच सिखा रहे ने। वेखो प्यारे, मंगण दी जाच होवे ते बंदा सब कुछ गुरु पिता दे कोलों लै जांदा है। हरेक तरह की दात दे नाल झोली भरवा लैंदा है। ते सच्चाई ये, मंगण दी जाच ना होवे ते बंदा गुर परमेश्वर साईं दे चरणा च रह के भी खाली रह जांदा है। खोता नगुरु रामदास जी, गुरु रामदास जी महाराज मंगण दी जाच सिखा रहे। किंदे मांगो राम ते इक दान कह के ते किड्डी लंबी लिस्ट अगे लाती। किंदे सगल मनोरथ पूर्ण होवे, महाराज मेरे सारे मनोरथ पूरे होण, मेरे घर माया दी भी कमी ना होवे, सगल मनोरथ, मेरे घर धीआं पुत भी खेडण ते धीआं पुत भी नेक खेडण। आखो वाहिगुरु जी, वाहिगुरु जी। मेरे घर किसे गल दी कोई तोटा ना होवे, ना माया दी, ना सोभा दी, ना वड्याई दी, किसे भी पख दी कोई थोड़ ना होवे, सगल मनोरथ पूर्ण होवे। माया भी डट के होवे मेरे को, माया भी चाहिए मैनू जी। पर महाराज एक मेरी अरजोई है, जिथे मेरे घर दे विच दुनियावी दत्तां दी कमी ना ना होवे, माया भी होवे, पुत धीआं भी होण, नेक होण, धन पदार्थ किसे गल दी तोट ना होवे, ते उत्थे कृपा करियो सतगुरु, मेरा सारा परिवार अमृत वेले नाल भी जुड़े। सत श्री अकाल। सगल मनोरथ पूर्ण होवे सिमरो तुमरा नाम, तेरा नाम ना मेरे घरों निकल जावे, बंदगी ना मेरे घरों निकल जावे, अमृत वेला ना मेरे घरों निकल जावे। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह। कल्ली माया ना होवे, माया भी होवे पर तेरा नाम भी होवे जी, दोवें चीजां चाहीदी, लोक दियां दत्तां भी ते परलोक दियां दत्तां भी। देखो महाराज मंगण दी जाच सिखा रहे, आप ते रब ने सानू जाच सिखाई। सानू, मैं कई बारी हैरान होना, मंगण दी जाच होवे बंदा कुल्लां तक दा भला करवा लैंदा। भाई जोधका सचियार जी होए ने गुरु हरगोबिंद साहब सच्चे पातशाह जी दे समय। मैं केवल एक इशारा जिहा देना है, टूक मत रखो, धन गुरु रामदास जी, धन गुरु रामदास जी। इन्हां दी सेवा तो एक दिन गुरु हरगोबिंद साहब सच्चे पातशाह प्रसन्न होए। मरण चौर चलाउण दी सेवा करदे सी ते महाराज छेवें पातशाह एक दिन प्रसन्न होए, कहिंदे भाई जोधका सचियार मंगो प्रसन्न, तुहाडी सेवा थाए पई, तुहाडी सेवा ते प्रसन्न, कुछ मंगो। ते उस वेले इन्हां ने हथ जोड़े ते हथ जोड़ के पता की किया, महाराज कृपा दा खाता खोलो, ओ जिथों तक भी मेरी कुल चले, मेरी कुल दे विचों भी नाम दा अमृत वेले दा गुरु घर दा बाणी दा वासा ना निकले। वाहिगुरु जी, सत श्री अकाल। देखो दोवें चीजां चाहीदियां ने, सगल मनोरथ पूर्ण होवे सिमरो तुमरा नाम। सारे बोलो, सगल मनोरथ पूर्ण होवे सिमरो तुमरा नाम। माया भी मेरे कोल डट के, माया चाहीदी है, क्यों नहीं चाहीदी? कि बाबा आनंद सिंह साहब दे बचन ने कहिंदे, ओ गृहस्थी कौडी दा नहीं जिहदे कोल माया नहीं है। गृहस्थी का तो एक सैकंड भी माया तो बिना नहीं निकलता। राशन लियाना माया नाल ही आएगा,
ਬੱਚਿਆਂ ਦੀਆਂ ਫੀਸਾਂ ਮਾਇਆ ਨਾਲ ਹੀ ਭਰੀਆਂ ਜਾਣਗੀਆਂ, ਚੰਗੇ ਸਕੂਲਾਂ ਦੀਆਂ ਪੜ੍ਹਾਈਆਂ, ਚੰਗੇ ਕਾਲਜ ਦੀਆਂ ਫੀਸਾਂ ਮਾਇਆ ਨਾਲ ਹੀ ਦਿੱਤੀਆਂ ਜਾਣਗੀਆਂ। ਬੱਚਿਆਂ ਨੂੰ ਜੇ ਕਿਤੇ ਵਿਦੇਸ਼ ਭੇਜਣਾ ਮਾਇਆ ਤੇ ਲੱਗਣੀ, ਹਰ ਪੱਖ ਤੋਂ ਚਾਹੀਦੀ ਹੈ ਮਾਇਆ। ਜੇ ਕਿਤੇ ਵਿਆਹ ਸ਼ਾਦੀ ਤੇ ਗਏ ਤਾਂ ਵੀ ਚਾਹੀਦੀ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਕਹਿੰਦੇ ਉਹ ਗ੍ਰਸਤੀ ਕੌਡੀ ਦਾ ਨਹੀਂ ਜਿਹਦੇ ਕੋਲ ਮਾਇਆ ਨਹੀਂ, ਤੇ ਉਹ ਸਾਧ ਵੀ ਕੌਡੀ ਦਾ ਨਹੀਂ ਜਿਹੜਾ ਮਾਇਆ ਦੇ ਨਾਲ ਜੱਫਾ ਪਾ ਕੇ ਬੈਠਾ। ਆਖੋ ਵਾਹਿਗੁਰੂ ਜੀ। ਜੇ ਕਿਸੇ ਕਮਾਈ ਵਾਲੇ ਕੋਲ ਮਾਇਆ ਆ ਰਹੀ ਨਾ ਬੰਦਗੀ ਵਾਲੇ ਕੋਲ, ਉਹ ਭਲੇ ਦੇ ਕੰਮਾਂ ਤੇ ਲਾਈ ਜਾਵੇ, ਲਾਈ ਜਾਵੇ, ਲਾਈ ਜਾਵੇ, ਤੇ ਉਹ ਹਿਸਾਬ ਪਰਮੇਸ਼ਰ ਦਾ ਇਧਰੋਂ ਤੋਂ ਲਾਈ ਜਾ, ਪਰਮੇਸ਼ਰ ਉਧਰੋਂ ਭੇਜੀ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਜੱਫਾ ਪਾ ਕੇ ਨਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬਹੁਤ ਹੀ ਜ਼ਰੂਰੀ ਸੁਣਿਆ ਹੈ, ਇਹਨੂੰ ਸੁਣਿਓ ਵੀ ਔਰ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਰੋਜ਼ਾਨਾ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਵਿਖੇ ਪ੍ਰਾਰੰਭ ਹੋਇਆ, ਪਰ ਮੌਸਮ ਦੇ ਵਿੱਚ ਕੁਝ ਤਬਦੀਲੀ ਹੋਣ ਦੇ ਕਰਕੇ, ਇਹ ਸੰਗਤ ਧਿਆਨ ਨਾਲ ਬੇਨਤੀ ਸੁਣੇ, ਮੌਸਮ ਵਿੱਚ ਕੁਝ ਤਬਦੀਲੀ ਹੋਣ ਕਰਕੇ ਇਹ ਜਿਹੜੇ ਅੰਮ੍ਰਿਤ ਵੇਲੇ ਦੇ ਸਮਾਗਮ ਨੇ 16 ਜੂਨ ਤੋਂ 16 ਜੁਲਾਈ ਤੱਕ ਜਿਹੜੇ 30 ਦਿਨਾਂ ਦੇ ਸਮਾਗਮ ਨੇ ਉਹ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਫਿਰ ਮੈਂ ਦੁਹਰਾ ਰਿਹਾ, 16 ਜੂਨ ਤੋਂ 16 ਜੁਲਾਈ ਤੱਕ ਦੇ ਇੱਕ ਮਹੀਨੇ ਦੇ ਜਿਹੜੇ ਸਮਾਗਮ ਨੇ ਉਹ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ 3 ਤੋਂ 5:30 ਹੋਇਆ ਕਰਨਗੇ। ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਹੁੰਮ ਹੁਮਾ ਕੇ ਇਹ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਵਿੱਚ ਆ ਕੇ ਜੁੜੋ ਔਰ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਮੈਂ ਅੱਗੇ ਵੀ ਜਿਵੇਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ, ਇਹ 40 ਦਿਨ ਅੰਮ੍ਰਿਤ ਵੇਲਾ ਸੰਭਾਲ ਲਓ, ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ। ਔਰ ਜਿਹੜੇ ਬਹੁਤ ਦੂਰ ਦੁਰੇਡੇ ਰਹਿਣ ਵਾਲੇ ਹੋ ਉਹਨਾਂ ਨੂੰ ਮੈਂ ਬੇਨਤੀ ਕਰਦਾ, 12 ਜੁਲਾਈ ਤੋਂ 16 ਜੁਲਾਈ ਘੱਟ ਤੋਂ ਘੱਟ 5 ਦਿਨ ਆ ਕੇ ਤਾਂ ਹਾਜ਼ਰੀ ਜ਼ਰੂਰ ਭਰਿਓ। ਜਿਹੜੇ ਕੋਈ ਬੰਬਈ ਰਹਿੰਦਾ, ਕੋਈ ਇੰਦੌਰ ਰਹਿੰਦਾ, ਕੋਈ ਕਿਤੇ ਬਹੁਤ ਦੂਰ ਦੂਰ ਜਿਹੜੇ ਰਹਿੰਦੇ ਹੋ, ਲਾਈਵ ਦੇ ਮਾਧਿਅਮ ਰਾਹੀਂ ਤਾਂ ਤੁਸੀਂ ਜੁੜਨਾ ਹੀ ਹੈ, ਪਰ 5 ਦਿਨ ਆ ਕੇ ਸਰੀਰਕ ਤੌਰ 'ਤੇ ਵੀ ਜ਼ਰੂਰ ਹਾਜ਼ਰੀਆਂ ਭਰਿਓ, ਇਹ ਮੇਰੀ ਬੇਨਤੀ। ਟਿਕਟਾਂ ਵਗੈਰਾ ਬੁੱਕ ਕਰਾ ਲਓ। 12 ਜੁਲਾਈ ਤੋਂ 16 ਜੁਲਾਈ ਤੁਸੀਂ ਵੀ ਆ ਕੇ ਸਾਰੇ ਪਰਿਵਾਰਕ ਮੈਂਬਰਾਂ ਨੇ ਹਾਜ਼ਰੀਆਂ ਭਰਨੀਆਂ ਨੇ। ਬਾਕੀ ਫਿਰ ਮੈਂ ਰਿਪੀਟ ਕਰਨੇ ਆ ਕਿ 16 ਜੂਨ ਤੋਂ 16 ਜੁਲਾਈ ਇਹ ਇੱਕ ਮਹੀਨੇ ਦੇ ਜਿਹੜੇ ਅੰਮ੍ਰਿਤ ਵੇਲੇ ਦੇ ਸਮਾਗਮ ਰੋਜ਼ਾਨਾ 3 ਤੋਂ 5:30 ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਆਓ ਗੁਰੂ ਪਿਤਾ ਦੀਆਂ ਖੁਸ਼ੀਆਂ ਲਈਏ, ਗੁਰੂ ਸਾਹਿਬ ਦੀਆਂ ਰਹਿਮਤਾਂ ਦੇ ਪਾਤਰ ਬਣੀਏ ਔਰ ਆਪਣੇ ਆਪਣੇ ਨਗਰਾਂ ਦੇ ਵਿੱਚ ਇੱਕ ਢੰਡੋਰਾ ਦੇ ਦਿਓ, ਇੱਕ ਹਲੂਣਾ ਦੇ ਦਿਓ ਕਿ ਅੰਮ੍ਰਿਤ ਵੇਲਾ ਸੰਭਾਲੋ ਜੀ, ਇਹ ਲਹਿਰ ਹਰ ਪਾਸੇ ਚਲਾ ਦਿਓ। ਜਿਹੜੇ ਬਹੁਤ ਦੂਰ ਦੂਰ ਰਹਿਣ ਵਾਲੇ ਆਪਣੇ ਪਿੰਡਾਂ ਵਿੱਚ ਨਗਰਾਂ ਦੇ ਵਿੱਚ ਪ੍ਰੋਜੈਕਟਰ ਲਾ ਲਓ, ਅੰਮ੍ਰਿਤ ਵੇਲੇ ਸਾਰੀ ਸੰਗਤ ਨੂੰ ਇਕੱਠੀਆਂ ਕਰਿਆ ਕਰੋ, 2-2.5 ਘੰਟੇ ਬਹਿ ਕੇ ਕੀਰਤਨ ਦਾ ਸਿਮਰਨ ਦਾ ਆਨੰਦ ਲਿਆ, ਇਹ ਰੂਟੀਨ ਪੱਕੀ ਸੈੱਟ ਕਰ ਲਓ ਕਿ 40 ਦਿਨ ਅਸੀਂ ਪ੍ਰੋਜੈਕਟਰ ਲਾ ਕੇ ਆਪਣੇ ਆਪਣੇ ਇਲਾਕਿਆਂ ਵਿੱਚ, ਆਪਣੇ ਆਪਣੇ ਮੁਹੱਲਿਆਂ ਦੇ ਵਿੱਚ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜੁੜਨਾ, ਔਰ ਜਿੱਥੇ ਜਿੱਥੇ ਤੁਸੀਂ ਪ੍ਰੋਜੈਕਟਰ ਲਾਓ, ਤੁਹਾਡੇ ਇਲਾਕੇ ਵਿੱਚ ਸੰਗਤ ਜੁੜੇ, ਉਹ ਸਾਨੂੰ ਵੀਡੀਓ ਕਲਿੱਪ ਜ਼ਰੂਰ ਭੇਜਿਓ ਕਿ ਸਾਡੇ ਇਲਾਕੇ ਵਿੱਚ ਇੱਦਾਂ ਸੰਗਤ ਜੁੜ ਰਹੀ, ਫਿਰ ਉਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੰਗਤ ਦੇ ਸਾਹਮਣੇ ਸ਼ੇਅਰ ਕਰਾਂਗਾ, ਹੋਰ ਸੰਗਤ ਨੂੰ ਇਹਦੇ ਨਾਲ ਉਤਸ਼ਾਹ ਮਿਲੇਗਾ। ਭੁੱਲਿਓ ਨਾ, 16 ਜੂਨ ਤੋਂ 16 ਜੁਲਾਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਾਂ ਸਾਰੇ ਪਰਿਵਾਰਕ ਮੈਂਬਰਾਂ ਨੇ ਸਵੇਰੇ 3 ਤੋਂ 5:30 2:30 ਸਾਰੇ ਮੈਂਬਰ ਪਹੁੰਚਿਆ ਕਰੋ, 3 ਤੋਂ 5:30 ਆਪਾਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਜੁੜਨਾ। ਇਹ ਸਾਰਾ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁੱਖ ਹੋਇਆ। ਜੋ ਬਾਬਾ ਦੀਪ ਸਿੰਘ
चैरिटेबल ट्रस्ट अड्डा गोपालपुरा बटाला रोड यूनिट नंबर 3 20 तरीक नूं जो उहदी रजिस्ट्री सी गुरु पिता जी ने कृपा की है सारी संगत ने असीस दी जो अद्धी पेमेंट गुरु जी की कृपा दे नाल जा चुकी जो तुसी किणका किणका देते हो क्योंकि बहुत वड्डी रकम बन जाती 25,000 गज जगह और 2500 रुपया गज की सेवा तो अद्धी पेमेंट जिहड़ी उहदे लई असी उन्हां कोलों 3 महीने का होर टाइम लिया ये रजिस्ट्री जिहड़ी 20 अप्रैल नूं होनी सी अद्धी पेमेंट चली गई हुण जिहड़ी अद्धी पेमेंट है वह 20 जुलाई तक असी उन्हां नूं देनी है और फिर उस तों बाद इस जगह की रजिस्ट्री होएगी जिहड़े जिहड़े प्रेमियां ने बहुत सहयोग दिता तुहानूं भी और जिन्हां ने अजे तक सहयोग इस भूमि दान विच हिस्सा नहीं पाया तुहानूं भी मैं बेनती करदा आप जी वध तों वध जोर लायो ता जो ये रजिस्ट्री 20 जुलाई तक हो सके और तुहानूं दसदिआं होइआं मैनूं खुशी महसूस हो रही है कि जो जी दिया प्रवान पार्क जो महाराज जी की कृपा नाल बन रहा बिल्कुल हुण थोड़ा जिहा कम रह गया बिल्कुल नेड़े आ उहदे मुहूर्त दे समय दे और नाल ही जो संगत की रिहायश वास्ते सराह बन रही है उहदा कार्ज भी पूरी तेजी नाल चल रहा और बटाला रोड जिहड़ा यूनिट नंबर 3 है जिहदी रजिस्ट्री हुण 20 जुलाई नूं होएगी उत्थे भी बड़ी तेजी दे नाल सारे सेवावां दे कार्य शुरू हो चुके ने हर पक्ष तों मैं आप जी की असीस ते बख्शीश की आस रखदा मेरी बेनती है भुल्यो ना 20 जुलाई नूं जो अद्धी पेमेंट रह गई है बटाला रोड वाली जगह की उहदी रजिस्ट्री होएगी अद्धी पेमेंट असी 20 जुलाई तक देनी है पूरा आप जी परिवारक मैंबर मोढ़े नाल मोढ़ा जोड़ के साथ भी दिओ एक दूजे नूं प्रेरणा भी करो और इस भूमि दान दे विच वड्डे दान दे विच क्योंकि ये वड्डा दान हुंदा भूमि दान इस भूमि दान वड्डे दान दे विच अपना वध तों वध सहयोग भी दिओ अपनी सेवा तुसीं सानू गूगल पे पेटीएम फोनपे भी कर सकते हो 98150-99513 नंबर ते 9815089513 इस नंबर ते आप जी अपनी सेवा सानू तुसीं फोनपे गूगल पे और पेटीएम भी कर सकते हो फिर मैं बेनती करना भुल्यो ना 20 जुलाई तक पूरा जोर ला दिओ जिन्ना जोर ला सकते हो ता जो 113 यूनिट मैं कहना ये डबल ट्रिपल काम हो जाए और होएगा उदों ही जदों तुसीं मोढे नाल मोढा जोड़ के साथ दोगे वाहिगुरु जी का खालसा वाहिगुरु जी की फतेह।